ਅਤੇ ਆਪਕ ਤਾਂ ਉਹਨਾਂ ਨੂੰ ਸਿਲੇਬਸ ਪੜਾਉਂਦੇ ਆਂ ਜ਼ਿੰਦਗੀ ਦਾ ਸਿਲੇਬਸ ਜਿਹੜਾ ਨਾ ਉਹ ਹੋਰਾਂ ਤੋਂ ਸਿੱਖਦੇ ਹਨ ਆਪਣੇ ਕੁਲੀਕਸ ਤੋਂ ਸਿੱਖਦੇ ਹਨ ਇੱਕ ਹੀ ਪੁੱਤਰ ਹੈ ਉਸ ਪੁੱਤਰ ਵਿੱਚੋਂ ਮਾਂ ਬਾਪ ਨੂੰ ਫੌਜ ਦਾ ਅਫਸਰ ਵੀ ਦਿਖਾਈ ਦਿੰਦਾ ਹੈ ਡਾਕਟਰ ਵੀ ਦਿਖਾਈ ਦਿੰਦਾ ਹੈ ਇੰਜੀਨੀਅਰ ਵੀ ਦਿਖਾਈ ਦਿੰਦਾ ਹੈ ਅਗਿਆਕਾਰ ਪੁੱਤਰ ਵੀ ਦਿਖਾਈ ਦਿੰਦਾ ਹੈ ਉਹਦੇ ਵਿੱਚੋਂ ਸਭ ਕੁਝ ਦਿਖਾਈ ਦਿੰਦਾ ਹੁਣ ਉਹ ਹੈ ਤਾਂ ਨਾਰਮਲ ਇਨਸਾਨ ਹੈਗਾ ਇਹ ਜਿਹੜਾ ਹੈ ਨਾ ਕਿ ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ ਇਹ ਠੀਕ ਪਾਲਿਸੀ ਹੈ ਪਿਓ ਤੇ ਪੁੱਤਰ ਦਾ ਹਮੇਸ਼ਾ ਟਕਰਾਅ ਰਹੇਗਾ ਇਹ ਯੂਨੀਵਰਸਲ ਹੈ ਤੇ ਕਿਸੇ ਐਕਸਪਰਟ ਨੇ ਕਿਹਾ ਕਹਿੰਦਾ ਤੁਹਾਡੀ ਸਭ ਤੋਂ ਜ਼ਿਆਦਾ ਦੇਖਪਾਲ ਜਿਹੜਾ ਨਾ ਇਹ ਪੁੱਤਰ ਕਰੇਗਾ ਅੱਛਾ ਜੀ ਜਦੋਂ ਤੁਹਾਨੂੰ ਲੋੜ ਪਏ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰੰਤੂ ਇਸ ਗੱਲ ਨੂੰ ਝਗੜੇ ਦੀ ਜੜ ਬਣਾ ਲੈਣਾ ਗਲਤ ਹੈ ਮੈਂ ਪਰਸਨਲੀ ਇਸ ਗੱਲ ਦੇ ਹੱਕ 'ਚ ਐ ਕਿ ਲੜਕੀਆਂ ਜੇਕਰ ਹਾਈਲੀ ਕੁਆਲੀਫਾਈਡ ਹੋਣ ਤੇ ਜੇਕਰ ਉਹ ਜੌਬ ਕਰਨੀ ਚਾਹੁੰਦੀਆਂ ਹੋਣ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ। ਔਰਤਾਂ ਹੋਣ ਭਾਵੇਂ ਪੁਰਸ਼ ਹੋਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਏਮ ਹੋਣਾ ਚਾਹੀਦਾ ਕੋਈ ਆਦਰਸ਼ ਹੋਣਾ ਚਾਹੀਦਾ। ਉਦੇਸ਼ ਨਹੀਂ ਆਦਰਸ਼ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਖਾਸ ਕਰਕੇ ਕੁੜੀਆਂ ਹਨਾ ਉਹਨਾਂ ਦੀਆਂ ਇਹ ਸ਼ਿਕਾਇਤਾਂ ਹੁੰਦੀਆਂ ਨੇ ਕਿ ਮੁੰਡਿਆਂ ਤੇ ਮਾਵਾਂ ਦਾ ਪ੍ਰਭਾਵ ਥੋੜਾ ਜਿਹਾ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਤੇ ਉਹ ਵਿਆਹ ਤੋਂ ਬਾਅਦ ਵੀ ਮਾਵਾਂ ਉਹਨਾਂ ਨੂੰ ਦੱਸ ਦਿਆ ਨੇ ਕਿ ਤੁਸੀਂ ਕਿੱਥੇ ਜਾਓਂਗੇ ਕਿੰਨੇ ਵਜੇ ਜਾਓਂਗੇ ਜਾਂ ਬਹੁਤ ਵਾਰੀ ਬੰਦਾ ਮਤਲਬ ਕਨਫਿਊਜ਼ ਹੋ ਜਾਂਦਾ ਕਿ ਉਹ ਮਾਂ ਦੀ ਸਾਈਡ ਲਾਊਗਾ ਜਾਂ ਫਿਰ ਉਹ ਘਰ ਵਾਲੀ ਦੀ ਇੱਕ ਮੁੰਡਾ ਖਾਸ ਕਰਕੇ ਵਿਆਹਿਆ ਵਰਿਆ ਮੁੰਡਾ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਤਾਲਮੇਲ ਬੁਠਾ ਸਕਦਾ ਹੈ ਇੱਕ ਤਾਂ ਜਿਹੜਾ ਵੱਡਾ ਨੁਕਸ ਹੈ ਮੈਂ ਪਰਸਨਲੀ ਫੀਲ ਕਰਦਾ ਜਿਹੜਾ ਬਚਪਨ ਹੈ ਨਾ ਉਹ 14 ਸਾਲ ਦੀ ਉਮਰ ਤੱਕ ਹੁੰਦਾ ਹੈ ਸਿਆਣੀਆਂ ਮਾਮਾ ਨੂੰ ਆਪ ਆਪਣੇ ਬੱਚਿਆਂ ਨੂੰ ਆਪਣੇ ਪ੍ਰਭਾਵ ਵਿੱਚੋਂ ਕੱਢਣਾ ਚਾਹੀਦਾ ਖਾਸ ਤੌਰ ਤੇ ਪੁੱਤਰਾਂ ਨੂੰ ਆਜ਼ਾਦ ਸੋਚ ਦੇ ਮਾਲਕ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਹੋਰਾਂ ਦੇ ਨਾਲ ਵਿਚਰ ਸਕਣ ਮੈਂ ਜਾਣਦਾ ਇੱਕ ਪਰਿਵਾਰ ਦੇ ਵਿੱਚ ਮਾਂ ਘੇਟੇ ਸੀ ਨਾ ਉਹ ਪੁੱਤਰ ਨੂੰ ਕਾਰ 'ਚ ਬਿਠਾਉਂਦੀ ਸੀ 메ਨ ਰੋਡ ਤੇ ਲੈ ਜਾਂਦੀ ਸੀ ਉੱਥੇ ਸਕੂਲ ਦੀ ਬੱਸ ਆਉਂਦੀ ਸੀ ਉਹਦੇ ਵਿੱਚ ਬਿਠਾ ਦਿੰਦੀ ਸੀ ਤੇ ਜਦੋਂ ਉਹਨੇ ਆਉਣਾ ਹੁੰਦਾ ਸੀ ਫੇਰ ਕਾਰ ਲੈ ਕੇ ਉੱਥੇ ਪਹੁੰਚੀ ਹੁੰਦੀ ਸੀ ਤੇ ਉਸ ਨੂੰ ਕਾਰ 'ਚ ਬਟਾਉਂਦੀ ਸੀ ਤੇ ਘਰ ਲੈ ਆਉਂਦੇ ਸੀ ਜਿਹੜੇ ਮਾਪੇ ਤੁਸੀਂ ਵੇਖੋਗੇ ਉਹ ਸਕੂਲ ਦੇ ਵਿੱਚ ਨਾ ਬੱਚਿਆਂ ਨੂੰ ਲੈਣ ਪਹੁੰਚ ਜਾਂਦੇ ਹੈਗੇ ਜਾਂ ਕਈ ਮਾਪੇ ਜਿਹੜਾ ਫਾਦਰ ਜਿਹੜਾ ਉਹ ਬੱਚਿਆਂ ਨੂੰ ਸਕੂਲ ਵਿੱਚ ਛੱਡਣ ਜਾਂਦੇ ਹੈਗੇ ਉਹ ਉਹਨਾਂ ਨੂੰ ਆਜ਼ਾਦ ਹੋਣ ਹੀ ਨਹੀਂ ਦਿੰਦੇ ਹਾਂਜੀ ਉਹ ਉਹਨਾਂ ਨੂੰ ਮੈਂ ਤਾਂ ਕਹੂੰਗਾ ਠੀਕ ਢੰਗ ਦਾ ਪੁੱਤਰ ਬਣਨ ਹੀ ਨਹੀਂ ਦਿੰਦੇ ਹੂੰ ਬੱਚੇ ਜਿਹੜੇ ਹੈਗੇ ਆਂ ਹੋਰ ਬੱਚਿਆਂ ਤੋਂ ਸਿੱਖਦੇ ਆਂ ਉਹਨਾਂ ਨੂੰ ਆਜ਼ਾਦ ਕਰੋ ਉਹਨਾਂ ਨੂੰ ਕੁਝ ਸਿੱਖਣ ਦਿਓ ਮੈਂ 40 ਸਾਲ ਪ੍ਰੋਫੈਸਰ ਨੇ ਵਿਦਿਆਰਥੀ ਵਿਦਿਆਰਥੀਆਂ ਤੋਂ ਸਿੱਖਦੇ ਹਨ ਅਧਿਆਪਕਾਂ ਤੋਂ ਉਹ ਤਨਾਨੇ ਸਿੱਖਦੇ ਹੈਗੇ ਅਧਿਆਪਕ ਤਾਂ ਉਹਨਾਂ ਨੂੰ ਸਿਲੇਬਸ ਪੜਾਉਂਦੇ ਆ ਜਿੰਦਗੀ ਦਾ ਸਿਲੇਬਸ ਜਿਹੜਾ ਨਾ ਉਹ ਹੋਰਾਂ ਤੋਂ ਸਿੱਖਦੇ ਹਨ ਆਪਣੇ ਕਲੀਕਸ ਤੋਂ ਸਿੱਖਦੇ ਹਨ ਆਪਣੇ ਜਮਾਤੀਆਂ ਤੋਂ ਸਿੱਖਦੇ ਹਨ ਸੋ ਉਸ ਢੰਗ ਦੇ ਨਾਲ ਇੱਕ ਤਾਂ ਵੱਡੀ ਪ੍ਰੋਬਲਮ ਇਹ ਹੈ ਕਿ ਵਨ ਚਾਈਲਡ ਫੈਮਿਲੀ ਪੈਦਾ ਹੋ ਗਈ ਹੈ ਇੱਕ ਹੀ ਪੁੱਤਰ ਹੈ ਹਾਂਜੀ ਉਸ ਪੁੱਤਰ ਵਿੱਚੋਂ ਮਾਂ ਬਾਪ ਨੂੰ ਫੌਜ ਦਾ ਅਫਸਰ ਵੀ ਦਿਖਾਈ ਦਿੰਦਾ ਹੈ ਡਾਕਟਰ ਵੀ ਦਿਖਾਈ ਦਿੰਦਾ ਹੈ ਇੰਜੀਨੀਅਰ ਵੀ ਦਿਖਾਈ ਦਿੰਦਾ ਹੈ ਆਗਿਆਕਾਰ ਪੁੱਤਰ ਵੀ ਦਿਖਾਈ ਦਿੰਦਾ ਹੈ ਉਹਦੇ ਵਿੱਚ ਸਭ ਕੁਝ ਦਿਖਾਈ ਦਿੰਦਾ ਉਹਨੋਂ ਹੈ ਤਾਂ ਨਾਰਮਲ ਇਨਸਾਨ ਹੈਗਾ ਬਿਲਕੁਲ ਮਤਲਬ ਉਹ ਕੋਈ ਉਹ ਦੇਵੀ ਦੇਵਤਾ ਤਾਂ ਹੈ ਨਹੀਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਬਾਹਾਂ ਹੈਗੀਆਂ ਸੋ ਜਦੋਂ ਉਹ ਨੂੰ ਆਉਂਦੇ ਹੈ ਤਾਂ ਉਹਨਾਂ ਨੂੰ ਇਨੀ ਅਕਲ ਨਹੀਂ ਹੈਗੀ ਵੀ ਇਸ ਦੀ ਦਿਲਚਸਪੀ ਉਸ ਦੇ ਵਿੱਚ ਹੋਏਗੀ ਕਿਉਂਕਿ ਉਹ ਉਹਦੀ ਜੀਵਨ ਸਾਥਣ ਹੈ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦੇ ਇਹ ਬੜੀ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਕਿ ਨੁਕਸ ਮਾਪਿਆਂ ਦੇ ਵਿੱਚ ਹੈਗਾ ਯੂਨਾਨ ਦੀ ਇੱਕ ਉਦਾਹਰਣ ਹੈਗੀ ਹੈ ਇੱਕ ਵਾਰੀ ਕਿ ਉਹ ਹੈ ਕਿ ਇੱਕ ਪੁੱਤਰ ਜਿਹੜਾ ਸੀ ਨਾ ਉਹ ਕਿਸੇ ਹੋਰ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਸੀ ਆਪਣੇ ਪਿਓ ਨਾਲ ਹੀ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਸੀ ਉਥੋਂ ਫਿਲਾਸਫਰ ਲੰਘ ਰਿਹਾ ਸੀ ਉਹ ਰੁਕ ਗਿਆ ਤੇ ਉਸ ਨੇ ਨਾ ਉਸ ਪਿਓ ਨੂੰ ਦੋ ਤਿੰਨ ਥੱਪੜ ਮਾਰੇ ਅੱਛਾ ਤੇ ਉਹ ਕਹਿੰਦਾ ਮੈਨੂੰ ਕਿਉਂ ਥੱਪੜ ਮਾਰ ਰਹੇ ਆ ਬਦਤਮੀਜ਼ੀ ਤੈ ਇਹ ਕਰ ਰਿਹਾ ਮੈਂ ਕਿ ਉਹ ਕਹਿੰਦਾ ਇਸ ਦੀ ਬਦਤਮੀਜ਼ੀ ਦਾ ਦੋਸ਼ ਤੇਰੇ ਤੇ ਹੈ ਤੂੰ ਇਸ ਨੂੰ ਸਿਖਾਇਆ ਹੀ ਕੁਝ ਨਹੀਂ ਹੈਗਾ ਤਾਂ ਕਿ ਇਹ ਬਦਤਮੀਜ਼ ਨਾ ਬਣ ਸਕੇ ਸੋ ਇਸ ਢੰਗ ਦੇ ਨਾਲ ਕੀ ਹੁੰਦਾ ਇਹ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਭਾਵੇਂ ਉਹ ਸੁਸਾਇਟੀ ਦੇ ਵਿੱਚ ਕਿੰਨੇ ਹੀ ਨੁਕਸਾਨ ਪਰੰਤੂ ਉਹ ਦੇ ਵਿੱਚ 16 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਨੂੰ ਆਪਣੇ ਘਰੋਂ ਜਾਣਾ ਪੈਂਦਾ ਹੈ ਉਹ ਆਪਣੇ ਮਾਪਿਆਂ ਦੇ ਪ੍ਰਭਾਵ ਤੋਂ ਨਿਕਲ ਜਾਂਦੇ ਹਨ 16 ਸਾਲ ਦੀ ਉਮਰ ਹੈ ਇਸ ਵਾਸਤੇ ਕਿਉਂਕਿ ਉਸ ਦੇ ਨਾਲ ਉਹਨਾਂ ਨੂੰ ਕਾਰ ਡਰਾਈਵਿੰਗ ਦੀ ਲਾਇਸੈਂਸ ਜਿਹੜਾ ਹੈ ਉਹ ਮਿਲ ਜਾਂਦਾ ਹੈ ਉਹ ਆਪਣੇ ਫੈਸਲੇ ਆਪ ਕਰਦੇ ਬੱਚਿਆਂ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਬਹੁਤ ਸਾਰੇ ਮਾਪੇ ਜਿਹੜੇ ਆ ਬੱਚਿਆਂ ਨੂੰ ਉਸ ਕੋਰਸ ਦੇ ਵਿੱਚ ਦਾਖਲ ਕਰਵਾ ਦੇਣਗੇ ਜਿਸ ਦੇ ਵਿੱਚ ਉਹਦੀ ਕੋਈ ਜਸਪੀ ਨਹੀਂ ਹੈ ਜੋ ਫੇਲ ਹੋ ਜਾਂਦੇ ਹੈਗੇ ਉਹਨਾਂ ਦੀ ਪੜਾਈ ਦੇ ਵਿੱਚ ਤਾਂ ਜਸਪੀ ਨਹੀਂ ਲੱਗਦੀ ਹੈਗੀ ਹੈ ਇਹ ਜਿਹੜੇ ਡਰੱਗਸ ਵਗੈਰਾ ਵਗੈਰਾ ਲੈਂਦੇ ਹੈਗੇ ਇਹ ਉਹ ਹੁੰਦੇ ਆ ਜਿਨ੍ਹਾਂ ਦੇ ਕਿਸੇ ਕੰਮ ਦੇ ਵਿੱਚ ਦਿਲਚਸਪੀ ਨਹੀਂ ਪੈਦਾ ਹੁੰਦੀ ਜੇਕਰ ਕਿਸੇ ਦੀ ਆਪਣੀ ਪੜ੍ਹਾਈ ਦੇ ਵਿੱਚ ਦਿਲਚਸਪੀ ਪੈਦਾ ਹੋਵੇ ਉਹ ਕੁਝ ਨਾ ਕੁਝ ਬਣ ਜਾਂਦਾ ਹੈ ਕਿਤੇ ਨਾ ਕਿਤੇ ਨਿਕਲ ਜਾਂਦਾ ਹੈ ਉਹ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਕਰਨ ਦੇ ਯੋਗ ਹੋ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੀ ਸਮਰੱਥਾ ਅਨੁਸਾਰ ਜਿਹੜਾ ਨਾ ਉਹ ਅੱਗੇ ਜਾਂਉਂਦੇ ਹੋ ਮੇਰੇ ਆਪਣੀ ਮਿਸਾਲ ਤਾਂ ਦੇ ਰਿਹਾ ਕਿਉਂਕਿ ਦੇਣੀ ਚਾਹੀਦੀ ਹੈ ਮੇਰਾ ਇੱਕ ਬੇਟਾ ਜਿਹੜਾ ਸੀ ਫੈਸ਼ਨ ਡਿਜ਼ਾਈਨਰ ਸੀਗਾ ਅਸੀਂ ਘਰ ਦੇ ਵਿੱਚ ਸੋਚਦੇ ਹੁੰਦੇ ਸੀ ਵੀ ਇਹ ਫੈਸ਼ਨ ਡਿਜ਼ਾਈਨਰ ਕੀ ਕੰਮ ਆਏਗਾ ਪਰੰਤੂ ਉਹਦੀ ਦਿਲਚਸਪੀ ਸੀ ਉਹਦੇ ਦਿਲਚਸਪੀ ਸੇ ਤੇ ਉਸ ਨੇ ਉਹਦੇ ਵਿੱਚ ਦਾਖਲਾ ਲੈ ਲਿਆ ਦਾਖਲਾ ਲੈ ਲਿਆ ਇਥੋਂ ਅਮਰੀਕਾ ਪੜਨ ਚਲਾ ਗਿਆ ਤੇ ਹੁਣ ਅਮਰੀਕਾ ਦੇ ਵਿੱਚ ਉਹ ਇੱਕ ਬਹੁਤ ਵੱਡੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਹੈ ਕਹਿਣ ਤੋਂ ਭਾਵ ਹੈ ਕਿ ਜੋ ਉਸ ਨੂੰ ਉਹ ਕੁਝ ਕਰਨ ਦਿਓ ਜਿਸ ਦੇ ਵਿੱਚ ਉਸ ਦੀ ਦਿਲਚਸਪੀ ਹੈ ਐਵੇਂ ਇੱਕ ਆਦਮੀ ਸੀ ਉਸ ਦੀ ਪੇਂਟਿੰਗ ਦੇ ਵਿੱਚ ਦਿਲਚਸਪੀ ਸੀ ਦੇ ਫਾਦਰ ਜਿਹੜਾ ਚਾਹੁੰਦਾ ਸੀ ਕਿ ਇਹ ਡਾਕਟਰ ਬਣੇ ਉਹ ਕਿਸੇ ਸਲਾਹਕਾਰ ਦੇ ਕੋਲ ਗਿਆ ਉਸ ਸਲਾਹਕਾਰ ਨੇ ਕਿਹਾ ਕਹਿੰਦਾ ਤੁਸੀਂ ਇਸ ਦੇ ਜਿਹੜੇ ਜਮਾਤੀ ਹੈ ਨਾ ਉਹਨਾਂ ਵਿੱਚੋਂ ਕੋਈ ਡਾਕਟਰ ਵੀ ਬਣੇਗਾ ਤੁਸੀਂ ਇਸ ਨੂੰ ਪੇਂਟਰ ਬਣਨ ਦਿਓ 40 ਸਾਲ ਬਾਅਦ ਵੇਖਣਾ ਤੁਸੀਂ ਇਹ ਪੇਂਟਰ ਦੇ ਤੌਰ ਤੇ ਜ਼ਿਆਦਾ ਕਾਮਯਾਬ ਹੋਏਗਾ ਜਾਂ ਡਾਕਟਰ ਦੇ ਤੌਰ ਤੇ ਜਿਹੜਾ ਦੂਜਾ ਬੱਚਾ ਹੈਗਾ ਉਹ ਜ਼ਿਆਦਾ ਕਾਮਯਾਬ ਹੋਏਗਾ ਇਹ ਪੇਂਟਰ ਦੇ ਤੌਰ ਤੇ ਜ਼ਿਆਦਾ ਕਾਮਯਾਬ ਹੋਏਗਾ ਵੱਡਾ ਪੇਂਟਰ ਬਣੇਗਾ ਕਿਉਂਕਿ ਇਹਦੀ ਦਿਲਚਸਪੀ ਹੈ ਉਹਦੇ ਵਿੱਚ ਜਿਸ ਕੰਮ ਦੇ ਵਿੱਚ ਕਿਸੇ ਦੀ ਦਿਲਚਸਪੀ ਹੋਵੇ ਉਹ ਕਰਨਾ ਚਾਹੀਦਾ ਹੈ ਜਿਸ ਕੰਮ ਦੇ ਵਿੱਚ ਕਿਸੇ ਦੀ ਦਿਲਚਸਪੀ ਹੋਵੇ ਉਹਨੂੰ ਛੁੱਟੀ ਕਰਨ ਦੀ ਲੋੜ ਨਹੀਂ ਪੈਂਦੀ ਹੈ ਛੁੱਟੀ ਲੈਣ ਦੀ ਲੋੜ ਨਹੀਂ ਪੈਂਦੀ ਹੈ ਬਹਾਨੇ ਲਾਉਣ ਦੀ ਲੋੜ ਨਹੀਂ ਪੈਂਦੀ ਹੈ ਉਸ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ ਕਿ ਤੂੰ ਕੁਝ ਕੰਮ ਕਰ ਉਹ ਆਪੇ ਹੀ ਕਰੇਗਾ ਜੋ ਕੋਈ ਉਹਦਾ ਦਿਲਚਸਪੀ ਸੋ ਇਸ ਤਰ੍ਹਾਂ ਜਿਸ ਦੇ ਵਿੱਚ ਉਹਦੀ ਦਿਲਚਸਪੀ ਹੋਵੇ ਇੱਕ ਬੱਚਾ ਸੀ ਉਹਨੂੰ ਜਦੋਂ ਖਡਾਉਣਾ ਲਿਆ ਕੇ ਦਿੰਦਾ ਸੀ ਫਾਦਰ ਉਸ ਖਡਾਉਣੇ ਸਾਰੇ ਨੂੰ ਖੋਲ ਲੈਂਦਾ ਸੀ ਖੋਲ ਕੇ ਫਿਰ ਉਸ ਨੂੰ ਉਹਵੇਂ ਜੋੜਦਾ ਸੀ ਤੇ ਜਦੋਂ ਖੋਲਦਾ ਸੀ ਤਾਂ ਨੋਟ ਕਰੀ ਜਾਂਦਾ ਸੀਗਾ ਵੀ ਮੈਂ ਇਹ ਇਹ ਤੋਂ ਖੋਲਿਆ ਇਹ ਇਹ ਤੋਂ ਖੋਲਿਆ ਉਹਨੂੰ ਜੋੜ ਲੈਂਦਾ ਸੀ ਹੁਣ ਉਹਦੇ ਵਿੱਚ ਇੰਜੀਨੀਅਰ ਬਣਨ ਦੀ ਕਪੈਸਿਟੀ ਸੀ ਫਾਦਰ ਜਿਹੜਾ ਸੀ ਉਹ ਇਸ ਗੱਲ ਨੂੰ ਸਮਝਦਾ ਸੀ ਉਹਦਾ ਫਾਦਰ ਪ੍ਰੋਫੈਸਰ ਸੀ ਉਹ ਉਸ ਨੂੰ ਬੜੇ ਕੰਪਲੀਕੇਟਡ ਖਡਾਉਣੇ ਲੈ ਕੇ ਦਿੰਦਾ ਸੀ ਤੇ ਉਹ ਇਵੇਂ ਕਰਦਾ 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 ਇੰਜੀਨੀਅਰ ਬਣ ਗਿਆ ਉਹ ਕਾਰਾਂ ਦਾ ਜਿਹੜਾ ਸੀਗਾ ਡਿਜ਼ਾਈਨਰ ਬਣ ਗਿਆ ਉਹ ਸੋ ਬੱਚੇ ਨੂੰ ਉਸ ਦੇ ਲੋੜ ਅਨੁਸਾਰ ਕਰਨ ਦਿਓ ਕੰਮ ਕਰਨ ਦਿਓ ਪਤੀ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਮਾਪੇ ਜਿਹੜੇ ਹਨਾ ਉਹਨਾਂ ਨੇ ਆਪਣੀ ਭੂਮਿਕਾ ਨਿਭਾ ਦਿਤੀ ਹੈ 25 ਸਾਲ ਤੋਂ ਬਾਅਦ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਹਨ ਇਵੇਂ ਕਰੋ ਉਹ ਕਰੋ ਉੱਥੇ ਜਾਓ ਇਵੇਂ ਕਰੋ ਉਹ ਉਸ ਨਾਲ ਬੇਇਨਸਾਫੀ ਕਰਦੇ ਹਾਂ ਉਹਨਾਂ ਦੀ ਆਪਣੀ ਜ਼ਿੰਦਗੀ ਹੈਗੀ ਹੈ ਮੈਨੂੰ ਜਦੋਂ ਕੋਈ ਮੇਰੇ ਬੱਚੇ ਜਿਹੜੇ ਮੈਨੂੰ ਕਦੇ ਸਲਾਹ ਦੇ ਲੋੜ ਪੈਂਦੇ ਤੇ ਮੈਂ ਉਹਨਾਂ ਨੂੰ ਕੰਸਲਟ ਕਰਨਾ ਕਿ ਮੈਂ ਇਹ ਕਰਨਾ ਚਾਹੁੰਦਾ ਮੈਂ ਕਿਵੇਂ ਕਰਾਂ ਉਹ ਦੱਸਦੇ ਹੈਗੇ ਜਦੋਂ ਉਹਨਾਂ ਨੂੰ ਕੋਈ ਸਵਾਲ ਕੋਈ ਕਹਿੰਦੇ ਹਨ ਤੇ ਮੈਨੂੰ ਪੁੱਛਦੇ ਹਨ ਮੈਂ ਉਹਨਾਂ ਨੂੰ ਕਹਿੰਦਾ ਤੂੰ ਕੀ ਸੋਚਦਾ ਹੈ ਇਸ ਬਾਰੇ ਤੂੰ ਕੀ ਸੋਚਦਾ ਹੈ ਤੇ ਉਹਨੂੰ ਸੁਪਾਸ ਗਾਲੋ ਦਾ ਪਹਿਲਾ ਡਾਈਵੋਰਸ ਹੋ ਗਿਆ ਤੇ ਮੈਨੂੰ ਮੇਰਾ ਬੇਟਾ ਇੱਕ ਦਿਨ ਕਹਿੰਦਾ ਕਿ ਤੁਸੀਂ ਬੜੀ ਜ਼ਿੰਦਗੀ ਜਿਹੜੀ ਹੈ ਬੜੇ ਆਰਾਮ ਨਾਲ ਪਤੀ ਪਤਨੀ ਵਜੋਂ guzari ਹੈ ਤੇ ਮੇਰੇ ਜਿਹੜੇ ਪਤਨੀ ਹੈਗੀ ਹੈ ਉਹ ਹਰ ਰੋਜ਼ ਇਹ ਝਗੜਾ ਕੜਾ ਕਰ ਲੈਂਦੀ ਹੈਗੀ ਮੈਂ ਕੀ ਕਰਾਂ ਮੈਂ ਕਿਹਾ ਉਹਨੂੰ ਕਿਹਾ ਜਿਵੇਂ ਤੈਨੂੰ ਠੀਕ ਲੱਗਦਾ ਕਰੀ ਜਾ ਕੇ ਕਈ ਵਾਰ ਕੀ ਹੁੰਦਾ ਪਤਨੀ ਜਿਹੜੀ ਹੈ ਨਾ ਉਹ ਪਤੀ ਨੂੰ ਪੁੱਛਦੀ ਹੈ ਅੱਜ ਮੈਂ ਕਿਹੜੀ ਸਬਜ਼ੀ ਬਣਾਵਾਂ ਹੁਣ ਇਹ ਤਾਂ ਗੱਲ ਠੀਕ ਹੈ ਪਤ ਹੀ ਘਰ ਆ ਚੁੱਕਿਆ ਹੈ 1 ਵਜੇ ਆਇਆ ਹੈ ਉਹਨੇ ਖਾਣਾ ਖਾਣਾ ਹੈ ਜੇ 2 ਵਜੇ ਪਤਨੀ ਪਤੀ ਨੂੰ ਇਹ ਪੁੱਛਦੀ ਹੈ ਮੈਂ ਕਿਹੜੀ ਸਬਜ਼ੀ ਬਣਾਵਾਂ ਕਦੋਂ ਸਬਜ਼ੀ ਬਣਾਏਗੀ ਤੇ ਕਦੋਂ ਉਹ ਖਾਣਾ ਖਾਏਗਾ ਕਹਿਣ ਤੋਂ ਪਾਵੇਗਾ ਕਿ ਉਹਦੇ ਢੰਗ ਤਰੀਕੇ ਹੀ ਨਹੀਂ ਠੀਕ ਹੈਗੇ ਸੋ ਟਾਈਮ ਟੇਬਲ ਹੋਣਾ ਚਾਹੀਦਾ ਹੈ ਕੋਈ ਡਿਸਪੀਸਪਲਨ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਆਪਣਾ ਡਿਸਪੀਸਪਲਨ ਆਪ ਕਰਨ ਦਿਓ ਵੈਸੇ ਤਾਂ ਇਹ ਜਿਹੜਾ ਹੈ ਨਾ ਕਿ ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ ਇਹ ਠੀਕ ਪਾਲਿਸੀ ਹੈ। ਅੱਛਾ ਇਹਦੇ ਨਾਲ ਉਹ ਆਪਣੇ ਫੈਸਲੇ ਆਪ ਕਰਨ। ਮੇਲ ਮਲਾਪ ਰੱਖੋ ਆਣ ਜਾਣ ਰੱਖੋ ਮਾਪਿਆਂ ਦਾ ਬੱਚਿਆਂ ਦੇ ਕੋਲ ਆਣਾ ਜਾਣਾ ਠੀਕ ਹੈ ਪਰੰਤੂ ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਜੁਰਮ ਹੈ। ਪਰ ਦੂਜੇ ਪਾਸੇ ਅਸੀਂ ਇਹ ਵੀ ਤਾਂ ਸੋਚਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਾਰੀ ਉਮਰ ਪਾਲਿਆ ਸੰਭਾਲਿਆ ਕਿ ਇੱਕ ਉਮਰ 'ਚ ਜਾ ਕੇ ਫਿਰ ਅਸੀਂ ਉਹਨਾਂ ਨੂੰ ਸੰਭਾਲਣਾ ਹੁੰਦਾ। ਕਿਤੇ ਨਾ ਕਿਤੇ ਫਿਰ ਅਸੀਂ ਉਸ ਚੀਜ਼ ਨੂੰ ਤੋੜ ਨਹੀਂ ਰਹੇ ਕੇਵਲ ਇਸ ਕਰਕੇ ਕਿ ਬੱਚੇ ਸਾਨੂੰ ਸੰਭਾਲਣ بیمار ਨਹੀਂ ਪੈਣਾ ਚਾਹੀਦਾ ਹਾਂਜੀ ਹਰ ਬੰਦੇ ਨੇ ਅਖੀਰ ਤੇ ਸ਼ਮਸ਼ਾਨ ਘਾਟ ਪਹੁੰਚਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾ ਕੇ ਪਹਿਲਾਂ ਹੀ ਬੈਠ ਜਾਈਏ ਉੱਥੇ ਜਦੋਂ ਉਹ ਟਾਈਮ ਆਏਗਾ ਉਹ ਤੁਹਾਡੀ ਦੇਖਭਾਲ ਕਰੇਗਾ ਹਾਂਜੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਉਹ ਨਿਭਾਈਆਂ ਜਾਂਦੀਆਂ ਨਿਭਾਉਣ ਵੇਲੇ ਜਦੋਂ ਉਹਨਾਂ ਨੇ ਨਮਾਉਣ ਦੀ ਲੋੜ ਪੈਂਦੀ ਹੈ ਉਹ ਨਿਵਾਇਆ ਜਾਂਦੀ ਹੈ ਇੱਕ ਪਿਓ ਪੁੱਤਰ ਸੀ ਪਿਓ ਤੇ ਪੁੱਤਰ ਦਾ ਹਮੇਸ਼ਾ ਟਕਰਾਅ ਰਹੇਗਾ ਇਹ ਯੂਨੀਵਰਸਲ ਹੈ ਕਿਉਂਕਿ ਪਿਓ ਵੀ ਮੇਲ ਹੈ ਤੇ ਪੁੱਤਰ ਵੀ ਮੇਲ ਹੈ ਮਾਂ ਤੇ ਧੀ ਦਾ ਵੀ ਟਕਰਾਅ ਰਹੇਗਾ ਮਤਲਬ ਉਹਨਾਂ ਦੀ ਸੋਚ ਬਕਰੀ ਹੋਏਗੀ ਜ਼ਮਾਨਾ ਮਤਲਬ ਉਮਰ ਦਾ ਫਰਕ ਆਏਗਾ ਵੀ 25 ਸਾਲ ਦੀ ਉਮਰ ਦਾ ਫਰਕ ਹੈ ਮਤਲਬ ਜਨਰੇਸ਼ਨ ਗੈਪ ਹੈਗਾ ਉਹਦੇ ਵਿੱਚ ਤੇ ਉਹ ਟਕਰਾਅ ਰਿਹਾ ਉਹਦਾ ਤੇ ਕਿਸੇ ਐਕਸਪਰਟ ਨੇ ਕਿਹਾ ਕਹਿੰਦਾ ਤੁਹਾਡੇ ਸਭ ਤੋਂ ਜ਼ਿਆਦਾ ਦੇਖਭਾਲ ਜਿਹੜਾ ਨਾ ਇਹ ਪੁੱਤਰ ਕਰੇਗਾ ਅੱਛਾ ਜੀ ਜਦੋਂ ਤੁਹਾਨੂੰ ਲੋੜ ਪਈ ਤਕਰਾਰ ਜਿਹੜਾ ਹੈ ਉਹ ਇੰਟੈਲੈਕਚੁਅਲ ਹੈ ਹੂੰ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਸੋਸ਼ਲ ਹੈ ਹੂੰ ਇਹ ਤੁਹਾਡੀ ਦੇਖਭਾਲ ਕਰੇਗਾ ਹੋਇਆ ਵੀ ਇਵੇਂ ਹਾਂਜੀ ਤੇ ਉਹ ਪੁੱਤਰ ਜਿਹੜਾ ਸੀਗਾ ਉਹ ਪਿਓ ਨੇ ਕਿਹਾ ਤੂੰ ਵਿਸ਼ਵ ਯਾਤਰਾ ਤੇ ਚੱਲਿਆ ਮੈਂ ਬਿਮਾਰ ਹਾਂ ਜੇ ਮੈਂ ਮਰ ਗਿਆ ਨਾ ਤੇ ਤੂੰ ਆਪਣੀ ਵਿਸ਼ਵ ਯਾਤਰਾ ਖਤਮ ਕਰਕੇ ਆਈਂ ਅੱਛਾ ਜੀ ਇਹ ਪਿਓ ਦੀ ਸੋਚ ਹੈ ਤੇ ਮਾਂ ਕਹਿੰਦੇ ਆ ਜੇ ਮੈਂ ਮਰ ਗਈ ਤਾਂ ਤੂੰ ਜਿੱਥੇ ਮਰਜੀ ਹੋਵੇ ਤੂੰ ਉਸੇ ਵੇਲੇ ਆਈਂ ਤੇ ਮੇਰਾ ਸੰਸਕਾਰ ਜਿਹੜਾ ਨਾ ਤੂੰ ਕਰੀਂ ਇਹ ਮਾਂ ਦੀ ਸੋਚ ਹੈ ਹਾਂ ਜੀ ਹੁਣ ਜੇਕਰ ਪੁੱਤਰ ਜਿਹੜਾ ਨਾ ਉਹ ਇਸ ਗੱਲ ਨੂੰ ਮੰਨ ਲਵੇ ਤਾਂ ਮਤਲਬ ਪਿਓ ਆਪ ਕਹਿ ਰਹੇ ਹਨ ਕਿ ਵਿਸ਼ਵ ਯਾਤਰਾ ਕਾਮਯਾਬ ਮੁਕੰਮਲ ਕਰਕੇ ਆਏ ਮੇਰੇ ਮਦਰ ਦੀ ਡੈਥ ਹੋ ਗਈ ਜਦੋਂ ਡੈਥ ਹੋ ਗਈ ਤਾਂ ਉਹਨਾਂ ਦੇ ਫੋਲਪ ਆਉਣੇ ਸੀਗੇ ਤੇ ਮੈਂ ਤਾਂ ਇਸ ਗੱਲ ਦਾ ਕਿਸੇ ਵੀ ਵਹਿੰਦੇ ਪਾਣੀ ਦੇ ਵਿੱਚ ਪਾ ਦੇਣਾ ਚਾਹੀਦਾ ਮੈਂ ਤਾਂ ਆਪਣੇ ਬੱਚਿਆਂ ਨੂੰ ਕਿਹਾ ਹੋਇਆ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੋਈ ਵਹਿੰਦਾ ਪਾਣੀ ਹੈਗਾ ਉਹਦੇ ਵਿੱਚ ਪਾ ਦਿਓ ਤੇ ਮੈਂ ਫਾਦਰ ਨੂੰ ਪੁੱਛ ਲਿਆ ਬਈ ਇਹ ਪਾਖੜਾ ਨਹਿਰ ਦੇ ਵਿੱਚ ਪਾ ਦਈਏ ਜਾਂ ਕੀਰਤਪੁਰ ਪਾ ਕੇ ਆਵਾਂ ਮੇਰੇ ਫਾਦਰ ਨੇ ਕਿਹਾ ਵੀ ਨਹੀਂ ਕੀਰਤਪੁਰ ਪਾ ਕੇ ਆਉਣੇ ਅੱਛਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪਾਕੜਾ ਮਹਿਰ ਚ ਹੀ ਪਾਏ ਜਾਂਦੇ ਹੈ ਪਰ ਕਿਉਂਕਿ ਮੈਂ ਉਹਨਾਂ ਨੂੰ ਪੁੱਛ ਲਿਆ ਸੀ ਇਸ ਕਰਕੇ ਮੈਂ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਮੈਂ ਕੀਰਤਪੁਰ ਹੀ ਪਾ ਕੇ ਆਇਆ ਹਾਂ ਪਰੰਤੂ ਆਪਣੇ ਪਿਤਾ ਦੇ ਫੋਲੋ ਜਿਨ ਲਈ ਮੈਂ ਪਾਕੜਾ ਦੇ ਵਿੱਚ ਪਾਏ ਕਿਉਂਕਿ ਉਹਨਾਂ ਵਾਲੇ ਮੈਨੂੰ ਪੁੱਛਣ ਦੀ ਲੋੜ ਨਹੀਂ ਸੀ ਹਾਂਜੀ ਸੋ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰੰਤੂ ਇਸ ਗੱਲ ਨੂੰ ਝਗੜੇ ਦੀ ਜੜ ਬਣਾ ਲੈਣਾ ਗਲਤ ਹੈ ਬੱਚੇ ਹਮੇਸ਼ਾ ਧਿਆਨ ਰੱਖਣਗੇ ਮੇਰੇ ਬੱਚੇ ਬਾਹਰ ਹਨ ਤਾਂ ਕੀ ਹੋ ਗਿਆ ਮਤਲਬ ਇਸ ਕਰਕੇ ਮੇਰੇ ਕੋਲ ਰਹੀ ਜਾਣ ਕਿਉਂਕਿ ਸਾਡੀ ਉਮਰ ਜਿਹੜੀ ਆ ਉਹ ਵੱਧ ਰਹੀ ਹੈ ਨਹੀਂ ਇਹ ਬਿਲਕੁਲ ਗਲਤ ਹੈ ਕਿ ਸਾਨੂੰ ਇਸ ਗੱਲ ਦੀ ਜ਼ਿੰਮੇਵਾਰੀ ਆਪ ਸੰਭਾਲਣੇ ਚਾਹੀਦੀ ਹੈ ਜੇਕਰ ਇਸ ਸੰਭਾਲਣੇ ਚਾਹੀਦੀ ਹੈ ਹੋਰ ਬਹੁਤ ਸਾਰੇ ਲੋਕਾਂ ਦੀ ਹੈਲਪ ਅਵੇਲੇਬਲ ਹੈਗੀ ਹੈ ਬਹੁਤ ਸਾਰੇ ਲੋਕਾਂ ਜਿਹੜੇ ਤੁਹਾਡੀ ਸੇਵਾ ਕਰਨ ਵਾਸਤੇ ਹਨ ਉਹਨਾਂ ਦੀ ਸੇਵਾਵਾਂ ਲੈਣੀਆਂ ਚਾਹੀਦੀਆਂ ਤੇ ਬੱਚੇ ਜਿਹੜੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਉਣ ਦੇਣਾ ਚਾਹੀਦਾ ਜੇਕਰ ਇਵੇਂ ਕਰੋਗੇ ਤਾਂ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਤੁਹਾਡੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਵੀ ਉਹ ਨਿਭਾਉਣਗੇ ਚੰਗੀ ਤਰ੍ਹਾਂ ਨਿਭਾਉਣਗੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿਵੇਂ ਤੁਸੀਂ ਲਿਖਿਆ ਹੋਇਆ ਕਿ ਜਿਹੜੇ ਬੱਚੇ ਜਦੋਂ ਤੱਕ ਖਾਸ ਕਰਕੇ ਮੁੰਡਾ ਹੈ ਨਾ ਉਹ ਜੇਬ ਖਰਚ ਆਪਣੇ ਮਾਪਿਓ ਤੋਂ ਮੰਗਦਾ ਹੈ ਉਦੋਂ ਤੱਕ ਉਹਦਾ ਵਿਆਹ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਸੋਚਦੇ ਹੋ ਨਾ ਹੁਣ ਹੁਣ ਸਾਰੇ ਲੋਕ ਕੀ ਹੋਈ ਐਦਾਂ ਸੋਚਦੇ ਆ ਕਿ ਜਦੋਂ ਤੱਕ ਤੁਸੀਂ ਕਮਾਉਣ ਨਹੀਂ ਲੱਗ ਜਾਂਦੇ ਤੁਹਾਨੂੰ ਜ਼ਿੰਦਗੀ ਚ ਬੱਚੇ ਵੀ ਇਹੀ ਸੋਚਦੇ ਆ ਕਿ ਅਸੀਂ ਸੈੱਟ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਵਿਆਹ ਨਹੀਂ ਕਰਾਉਣਾ ਕੁੜੀਆਂ ਲਈ ਤੁਸੀਂ ਕੀ ਸੋਚਦੇ ਹੋ ਹਾਲੇ ਤੱਕ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੁੜੀਆਂ ਨੂੰ ਸਿਰਫ ਪੜਾਉਂਦੇ ਲਿਖਾਉਂਦੇ ਇਸ ਲਈ ਨੇ ਕਿ ਉਹਨਾਂ ਦਾ ਉਹਨਾਂ ਨੂੰ ਚੰਗਾ ਰਿਸ਼ਤਾ ਮਿਲ ਜਾਵੇ ਉਹਨਾਂ ਨੂੰ ਇਸ ਲਈ ਨਹੀਂ ਪੜਾਉਂਦੇ ਲਿਖਾਉਂਦੇ ਕਿ ਉਹ ਆਰਥਿਕ ਤੌਰ ਤੇ ਵੀ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਕਿ ਕੁੜੀਆਂ ਲਈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਨਜ਼ਰ ਚ ਡਿਪੈਂਡ ਕਰਦਾ ਕੀ ਪੜਾ ਰਹੇ ਹਾਂ ਜੇ ਤੁਸੀਂ ਉਸ ਨੂੰ ਮੈਡੀਕਲ ਕੋਰਸ ਕਰਵਾਇਆ ਤੇ ਉਸ ਨੇ ਉਹ ਮੈਡੀਕਲ ਕੋਰਸ ਪੂਰਾ ਕਰ ਲਿਆ ਉਹ ਡਾਕਟਰ ਬਣ ਗਈ ਹੈ ਤੇ ਫਿਰ ਤੁਸੀਂ ਇਨਸਿਸਟ ਕਰੋ ਜਾਂ ਸਹੁਰੇ ਇਨਸਿਸਟ ਕਰਨ ਕਿ ਅਸੀਂ ਇਹ ਤਾਂ ਨੌਕਰੀ ਨਹੀਂ ਕਰਵਾਣੀ ਇਹ ਜ਼ਿਆਤੀ ਹੈ ਨੌਕਰੀ ਜਿਹੜੀ ਹੈਗੀ ਉਹ ਪੈਸਿਆਂ ਵਾਸਤੇ ਨਹੀਂ ਹੁੰਦੀ ਹੈਗੀ ਨੌਕਰੀ ਜਿਹੜੀ ਹੈ ਐਕਸਪੀਰੀਅੰਸ ਵਾਸਤੇ ਵੀ ਹੁੰਦੀ ਹੈ ਤੁਸੀਂ ਕਿੰਨਾ ਕੁਝ ਸਿੱਖਦੇ ਹੋ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਉਨੇ ਹੋ ਤੁਹਾਡੀ ਰੈਪਿਊਟੇਸ਼ਨ ਬਿਲਡ ਹੁੰਦੀ ਹੈ ਉਹ ਰੈਪਿਊਟੇਸ਼ਨ ਜਿਹੜੀ ਹੈ ਉਹ ਇੱਕ ਹਾਊਸ ਵਾਈਫ ਜਿਹੜੀ ਹੈ ਉਹ ਤਾਂ ਗ੍ਰੈਜੂਏਟ ਵੀ ਜਿਹੜੀ ਹੈਗੀ ਹੈ ਉਹ ਵੀ ਬੜੀ ਚੰਗੀ ਹਾਊਸ ਵਾਈਫ ਬਲਕਿ ਉਹ ਜਾਦੇ ਚੰਗੀ ਹਾਊਸ ਵਾਈਫ ਸਾਬਤ ਹੋਏਗੀ ਬਜਾਏ ਦੇ ਕਿ ਹਾਈਲੀ ਕੁਆਲੀਫਾਈਡ ਕੋਈ ਲੇਡੀ ਹੋਵੇ ਜਾਂ ਲੜਕੀ ਹੋਵੇ ਉਸ ਨੂੰ ਤੁਸੀਂ ਕੇਵਲ ਹਾਊਸ ਵਾਈਫ ਬਣਾ ਲਓ ਸੋ ਮੈਂ ਤਾਂ ਇਸ ਗੱਲ ਦੇ ਹੱਕ 'ਚ ਐ ਕਿ ਲੜਕੀ ਜਿਹੜੀ ਐ ਜੇਕਰ ਉਹ ਕੁਆਲੀਫਾਈਡ ਹੈ ਹਾਈਲੀ ਕੁਆਲੀਫਾਈਡ ਹੈ ਉਹ ਜੋਬ ਤੇ ਲੱਖ ਰੱਖਦੀ ਐ ਉਸ ਨੂੰ ਜੋਬ ਕਰਨੀ ਚਾਹੀਦੀ ਐ ਜੋਬ ਕਰਨ ਦੇ ਫਾਇਦੇ ਦੇਖੋ ਕੀ ਹੈਗੇ ਉਹ ਅਪ ਟੂ ਡੇਟ ਰਹੇਗੀ ਸਿਹਤ ਦੇ ਪੱਖੋਂ ਠੀਕ ਰਹੇਗੀ ਜਿਹੜੀਆਂ ਹਾਊਸ ਵਾਈਫਸ ਹੁੰਦੀਆਂ ਨਾ ਉਹ ਭਾਵੇਂ ਉਹਨਾਂ ਕੋਲ ਕਿੰਨਾ ਹੀ ਪੈਸਾ ਹੋਵੇ ਉਹਨਾਂ ਕੋਲ ਕੱਪੜੇ ਤਾਂ ਸੋਹਣੇ ਹੋਣਗੇ ਕੱਪੜੇ ਮਹਿੰਗੇ ਹੋਣਗੇ ਪਰੰਤੂ ਜਦੋਂ ਉਹ ਪਾਉਣਗੇ ਕਿਉਂਕਿ ਉਹਨਾਂ ਨੇ ਹਰ ਰੋਜ਼ ਕਿਤੇ ਜਾਣਾ ਨਹੀਂ ਹੈ ਕਿਸੇ ਨੂੰ ਕਿਸੇ ਫੰਕਸ਼ਨ ਤੇ ਬਹੁਤਾ ਜਾਣਾ ਨਹੀਂ ਹੈ ਕਦੇ-ਕਦੇ ਹੀ ਜਾਣਾ ਹੈਗਾ ਕਦੇ-ਕਦੇ ਉਹਨਾਂ ਨੇ ਕੱਪੜੇ ਪਾਉਣੇ ਉਹ ਕੱਪੜੇ ਜੱਛਲੇ ਨਹੀਂ ਉਹਨਾਂ ਨੂੰ ਕਿਉਂਕਿ ਉਹ ਕੱਪੜੇ ਪਹਿਨਦੇ ਰਹੋ ਨਾ ਤੇ ਉਹ ਰੈਲੇਵੈਂਟ ਰਹਿੰਦੇ ਆ ਉਹਨਾਂ ਦਾ ਢੰਗ ਤਰੀਕਾ ਜਿਹੜਾ ਠੀਕ ਰਹਿੰਦਾ ਹੈਗਾ ਮੈਂ ਪਰਸਨਲੀ ਇਸ ਗੱਲ ਦੇ ਹੱਕ 'ਚ ਆ ਕਿ ਲੜਕੀਆਂ ਜੇਕਰ ਹਾਈਲੀ ਕੁਆਲੀਫਾਈਡ ਹੋਣ ਤੇ ਜੇਕਰ ਉਹ ਜੌਬ ਕਰਨੀ ਚਾਹੁੰਦੀ ਆ ਹੋਣ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਇਹ ਮੇਰੀ ਆਪਣੀ ਬੇਟੀ ਦੀ ਜਦੋਂ ਇੰਗੇਜਮੈਂਟ ਸੀ ਤਾਂ ਅਸੀਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਸੀਗਾ ਵੀ ਇਹ ਜੌਬ ਕਰੇਗੀ ਤੇ ਜੌਬ ਤੋਂ ਇਹ ਇਸ ਦੀ ਮਰਜ਼ੀ ਹੈ ਫੈਸਲਾ ਇਹਨੇ ਕਰਨਾ ਹੈਗਾ ਮਤਲਬ ਤੁਹਾਡਾ ਕਹਿਣਾ ਵਾਜਬ ਨਹੀਂ ਹੋਏਗਾ ਤੁਸੀਂ ਕਹੋਗੇ ਜੌਬ ਛੱਡ ਦੇਵੇ ਉਹਨਾਂ ਨੂੰ ਜੌਬ ਕਰਨੀ ਚਾਹੀਦੀ ਆ ਤੇ ਇੱਕ ਪਤੀ ਪਤਨੀ ਦਾ ਤਾਲਮਿਲ ਕਿਵੇਂ ਦਾ ਹੋਣਾ ਚਾਹੀਦਾ ਹੁਣ ਆਪਾਂ ਦੇਖਦੇ ਹਾਂ ਕਿ ਐਕਸਟਰਾ ਮੈਰਿਟਲ ਅਫੇਅਰ ਨੇ ਹਨਾ ਜਿਹੜੇ ਉਹ ਇੱਕ ਲੋਕਾਂ ਨੇ ਆਮ ਜੀ ਚੀਜ਼ ਹੋ ਗਈ ਲੋਕਾਂ ਦੀ ਜ਼ਿੰਦਗੀ 'ਚ ਹਨਾ ਤੇ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਜਿਹਨ ਜਿਹੜੇ ਜੈਨੂਇਨ ਵੀ ਨਹੀਂ ਹੁੰਦੇ ਜਿਨ੍ਹਾਂ ਦੀ ਕੋਈ ਤੁੱਕ ਵੀ ਨਹੀਂ ਬਣਦੀ ਲੋਕ ਐਦਾਂ ਦੇ ਰੀਜ਼ਨਸ ਦਿੰਦੇ ਨੇ ਆਪਣੀਆਂ ਇਹਨਾਂ ਗਲਤੀਆਂ ਦੇ ਹਨਾ ਤੇ ਇੱਕ ਪਤੀ ਪਤਨੀ ਦਾ ਰਿਸ਼ਤਾ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਬੇਟੇ ਨੇ ਤੁਹਾਡੇ ਤੋਂ ਸਲਾਹ ਲਈ ਕਿ ਤੁਸੀਂ 40 ਸਾਲ ਤੋਂ ਵੀ ਜ਼ਿਆਦਾ ਦਾ عرصਾ ਇਕੱਠਿਆਂ ਬਿਤਾ ਲਿਆ ਹਨ ਤਾਂ ਜ਼ਰੂਰ ਇਹਦੇ ਵਿੱਚ ਬਹੁਤ ਸਾਰੇ ਕੰਪਰੋਮਾਈਜ਼ਸ ਵੀ ਹੋਣਗੇ ਤੁਸੀਂ ਬਹੁਤ ਜਗ੍ਹਾ ਤੇ ਇੱਕ ਦੂਜੇ ਨਾਲ ਤਾਲਮੇਲ ਵੀ ਬਿਠਾਇਆ ਹੋਊਗਾ ਕਈ ਵਾਰੀ ਅਸੀਂ ਇੱਕ ਦੂਜੇ ਦੀਆਂ ਉਹ ਚੁਆਇਸਿਸ ਨੂੰ ਵੀ ਪਸੰਦ ਕਰਦੇ ਹਾਂ ਜਿਹੜੀਆਂ ਸਾਨੂੰ ਨਹੀਂ ਪਸੰਦ ਹੁੰਦੀਆਂ ਹਸਬੈਂਡ ਵਾਈਫ ਦਾ ਰਿਲੇਸ਼ਨ ਖਾਸ ਕਰਕੇ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਵਿਗੜਦਾ ਇਹਨੂੰ ਕਿਵੇਂ ਆਪਾਂ ਸਹੀ ਕਰ ਸਕਦੇ ਹਾਂ ਪਹਿਲਾਂ ਐਵੇਂ ਹੁੰਦਾ ਸੀ ਕਿ ਇਸ ਤਰੀਕ ਪੁਰਸ਼ ਨੂੰ ਇੱਕ ਦੂਜੇ ਦਾ ਵਿਆਹ ਤੋਂ ਮਗਰੋਂ ਹੀ ਪਤਾ ਲੱਗਦਾ ਸੀ ਤੇ ਲਗਭਗ 5 ਸਾਲ ਲੱਗ ਜਾਂਦੇ ਸੀਗੇ ਇੱਕ ਦੂਜੇ ਨੂੰ ਸਮਝਣ ਵਾਸਤੇ ਉਹ ਇੱਕ ਦੂਜੇ ਨੂੰ ਉਵੇਂ ਡਿਸਕਵਰ ਕਰਦੇ ਸੇ ਜਿਵੇਂ ਕੋਲੰਬਸ ਨੇ ਅਮਰੀਕਾ ਡਿਸਕਵਰ ਕੀਤਾ ਸੀ ਟਾਈਮ ਲੱਗਦਾ ਹੈਗਾ ਹੁਣ ਕੀ ਹੁੰਦਾ ਹੈਗਾ ਕਿ ਉਹਨਾਂ ਨੇ ਇੱਕ ਦੂਜੇ ਨੂੰ ਇਸ ਤਰੀਕ ਪੁਰਸ਼ ਨੇ ਲੜਕੇ ਲੜਕੀ ਨੇ ਉਹਦੇ ਸਵੰਦਰ ਬੱਚੇ ਇੱਕ ਦੂਜੇ ਨੂੰ ਜਾਣਿਆ ਹੁੰਦਾ ਮਤਲਬ ਆਪਣੀ ਪਤੀ ਪਤਨੀ ਨੂੰ ਨਹੀਂ ਮੈਂ ਇੱਕ ਮਿਸਾਲ ਦੇਣਾ ਹੁਣਾ ਜੇਕਰ 5 ਸਾਲ ਕਿਸੇ ਦਾ ਪਿਆਰ ਰਿਹਾ ਤੇ ਉਹ ਪਤੀ ਪਤਨੀ ਬਣ ਜਾਂਦੇ ਹਨ ਤਾਂ ਇੱਕ ਹਫਤੇ ਮਗਰੋਂ ਉਹਨਾਂ ਦਾ ਰਿਸ਼ਤਾ ਇੱਕ ਹਫਤਾ ਉਹਨਾਂ ਦਾ ਵਿਆਹ ਇੱਕ ਹਫਤਾ ਪੁਰਾਣਾ ਨਹੀਂ ਹੋਏਗਾ ਉਹਨਾਂ ਦਾ ਵਿਆਹ 5 ਸਾਲ ਇੱਕ ਹਫਤਾ ਪੁਰਾਣਾ ਹੋਏਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਨਹੀਂ ਹੋਏਗਾ। ਨਵਾਂ ਰਹੇਗਾ ਨਹੀਂ। ਹੂੰ। ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੁੰਦਾ ਹੈ? ਜੇਕਰ ਤਾਂ ਉਹਨਾਂ ਦੇ ਕੋਲ ਇਤਨੇ ਰੁਝੇਵੇਂ ਹਨ। ਪੰਜਕ ਸਾਲ ਜਿਹੜਾ ਨਾ ਪਤੀ-ਪਤਨੀ ਦਾ ਰਿਸ਼ਤਾ ਜਿਹੜਾ ਹੈ ਬੜਾ ਚੰਗਾ ਨਿਭਦਾ ਹੈ। ਇਹਨਾਂ ਪੰਜਾਂ ਸਾਲਾਂ ਦੇ ਵਿੱਚ ਐਕਸਟਰਾ ਮੈਰਿਟਲ ਰਿਲੇਸ਼ਨਸ ਨਹੀਂ ਪੈਦਾ ਹੁੰਦੇ। ਉਸ ਤੋਂ ਬਾਅਦ ਜਿਹੜਾ ਨਾ ਰਿਸ਼ਤਾ ਮਕੈਨੀਕਲ ਹੋ ਜਾਂਦਾ ਹੈ। ਉਹਦੇ ਵਿੱਚ ਦਿਲਚਸਪੀ ਖਤਮ ਹੋ ਜਾਂਦੀ ਹੈ। ਪ੍ਰੰਤੂ ਔਰ ਦਿਲ ਚਸਪੀ ਹੋਰ ਹੋਰ ਕਾਰਨਾ ਕਰਕੇ ਬਣੀ ਰਹਿੰਦੀ ਹੈ ਬੱਚੇ ਹੋ ਜਾਂਦੇ ਹਨ ਬੱਚਿਆਂ ਦੀ ਪਰਵਰਿਸ਼ ਜਿਹੜੀ ਹੈਗੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ ਸਹੀ ਗੱਲ ਮੈਂ ਤਾਂ ਇਹ ਕਹਿੰਦਾ ਹੈਗਾ ਕਿ ਜਦੋਂ ਕੋਈ ਲੜਕੀ ਮਾਂ ਬਣ ਜਾਂਦੀ ਹੈ ਤਾਂ ਉਸ ਦੀ ਫਸਟ ਜਿਹੜੀ ਪ੍ਰਾਇੋਰਟੀ ਹੈ ਜ਼ਿੰਦਗੀ ਦੇ ਵਿੱਚ ਉਹ ਬੱਚੇ ਹੋ ਜਾਂਦੇ ਹੈਗੇ ਤੇ ਉਹ ਪਤੀ ਨੂੰ ਵੀ ਉਹਨਾਂ ਬੱਚਿਆਂ ਦੇ ਸੰਦਰਭ ਵਿੱਚ ਵੇਖਦੀ ਹੈ ਜੇਕਰ ਪਤੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ دلچਸਪੀ ਲਵੇ ਇਸ ਵਰਗੀ ਮੌਜ ਕੋਈ ਨਹੀਂ ਹੈਗੀ ਉਹ ਘਰ ਆਵੇ ਮੈਨੂੰ ਮੈਂ ਇਹ ਗੱਲ ਕਹਿ ਸਕਦਾ ਹੈਗਾ ਕਿ ਬੱਚਿਆਂ ਦੀ ਪੜ੍ਹਾਈ ਕਰਾਉਣੀ ਤੇ ਪਿਤਾ ਨੂੰ ਉਸ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਬੜੀ ਵੱਡੀ ਜਿਹਨੂੰ ਕਹਿੰਦੇ ਨੇ ਓਪਰਚੁਨਿਟੀ ਹੈਗੀ ਹੈ ਜੇਕਰ ਤੁਸੀਂ ਇਸ ਨੂੰ ਮੰਨੋ ਤਾਂ ਤੁਹਾਡਾ ਪਤਨੀ ਦੇ ਨਾਲ ਰਿਲੇਸ਼ਨਸ਼ਿਪ ਜਾਂ ਔਰਤ ਦਾ ਪਤੀ ਦੇ ਨਾਲ ਰਿਲੇਸ਼ਨਸ਼ਿਪ ਵੀ ਬਣਾ ਰਹੇਗਾ ਬੜਾ ਦਿਲਚਸਪ ਬਣਾ ਰਹੇਗਾ ਉਹਦੇ ਵਿੱਚ ਦਿਲਚਸਪੀ ਉਹਨਾਂ ਦੀ ਬਣੀ ਰਹੇਗੀ ਜੇ ਤੁਸੀਂ ਦੋਵੇਂ ਜੌਬ ਕਰਦੇ ਹਾਂ ਤੇ ਚੰਗਾ ਜੌਬ ਚੰਗੀ ਜੌਬ ਹੈਗੀ ਆ ਉਹਦੇ ਵਿੱਚ ਵੀ ਦਿਲਚਸਪੀ ਬਣੀ ਰਹੇਗੀ ਕਹਿਣ ਤੋਂ ਭਾਵ ਹੈ ਕੇਵਲ ਸੈਕਸ ਉੱਤੇ ਕੋਈ ਰਿਲੇਸ਼ਨਸ਼ਿਪ ਬਹੁਤਾ ਚਿਰ ਨਹੀਂ ਚੱਲਦਾ ਹੈ ਹੋਰ ਹੋਰ ਜਿਹੜੀਆਂ ਪ੍ਰਾਇਓਰਿਟੀਆਂ ਹੋਰ ਹੋਰ ਜ਼ਿੰਮੇਵਾਰੀਆਂ ਹੋਰ ਹੋਰ ਦਿਲਚਸਪੀਆਂ ਜਿਹੜੀਆਂ ਨਾ ਉਹ ਪੈਦਾ ਹੁੰਦੀਆਂ ਰਹਿੰਨ ਤਾਂ ਉਸ ਦੇ ਨਾਲ ਰਿਸ਼ਤਾ ਜਿਹੜਾ ਹੈ ਉਹ ਨਿਭਦਾ ਰਹਿੰਦਾ ਹੈ ਚੱਲਦਾ ਰਹਿੰਦਾ ਸੋ ਇਸ ਢੰਗ ਦੇ ਨਾਲ ਜੇਕਰ ਪਤੀ ਪਤਨੀ ਇੱਕ ਦੂਜੇ ਵਿੱਚ ਦਿਲਚਸਪੀ ਲੈਣ ਆਪਣੀ ਜ਼ਿੰਦਗੀ ਵਿੱਚ ਨਵੇਂ ਰੁਝੇਵੇਂ ਪੈਦਾ ਕਰਨ ਤਾਂ ਉਸ ਦੇ ਨਾਲ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੁੰਦੀ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਇਹ ਤਾਂ ਇੱਕ ਮਿਸਾਲ ਹੈ ਪੁਰਸ਼ ਦਾ ਸ਼ਰਾਬ ਪੀਣ ਲੱਗ ਜਾਣਾ ਇਹ ਦੂਜੀ ਮਿਸਾਲ ਹੈ ਮਤਲਬ ਉਸ ਦੇ ਸ਼ਰਾਬ ਨਾਲ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਪੈਦਾ ਹੋ ਜਾਂਦੇ ਜਿਹੜਾ ਬੰਦਾ ਸ਼ਰਾਬ ਪੀਣ ਲੱਗ ਜਾਏਗਾ ਉਹ ਆਪਣੀ ਪਤਨੀ ਨੂੰ ਜਿਹੜਾ ਹੈ ਨੈਗਲੈਕਟ ਕਰੇਗਾ ਉਹ ਘਰ ਨੂੰ ਵੀ ਨੈਗਲੈਕਟ ਕਰੇਗਾ ਉਹ ਆਪਣੇ ਬੱਚਿਆਂ ਨੂੰ ਵੀ ਨੈਗਲੈਕਟ ਕਰੇਗਾ ਉਹ ਆਪਣੇ ਮਾਪਿਆਂ ਨੂੰ ਵੀ ਨੈਗਲੈਕਟ ਕਰੇਗਾ ਉਹ ਸਭ ਕੁਝ ਨੂੰ ਨੈਗਲੈਕਟ ਕਰੇਗਾ ਉਹ ਇਤਨਾ ਸਵਾਰਥੀ ਹੋ ਜਾਂਦਾ ਹੈਗਾ ਕਿ ਉਹ ਕੇਵਲ ਆਪਣੇ ਨਸ਼ੇ ਪ੍ਰਤੀ ਵਫਾਦਾਰ ਰਹਿੰਦਾ ਹੈਗਾ ਸੋ ਉਸ ਦਾ ਵਿਗਾੜ ਪੈਦਾ ਹੀ ਹੋਣਾ ਹੈ ਹੋਣਾ ਹੀ ਹੋਣਾ ਹੈਗਾ ਸੋ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਉਣ ਦਾ ਢੰਗ ਹੈ ਜੇਕਰ ਤੁਸੀਂ ਉਸ ਨੂੰ ਅਪਣਾਓਗੇ ਤਾਂ ਉਸ ਵਰਗੀ ਕੋਈ ਮੌਜ ਨਹੀਂ ਹੈਗੀ ਬਿਲਕੁਲ ਵੈਸੇ ਤਾਂ ਮਤਲਬ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸਾਰੀਆਂ ਗੱਲਾਂ ਕਰੀਏ ਹਨ ਪਰ ਟਾਈਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਆਪਾਂ ਬਹੁਤ ਘੱਟ ਗੱਲਬਾਤ ਇਸ ਵਿਸ਼ੇ ਤੇ ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਵੱਡਾ ਹੈ ਨਾ ਪਰ ਫਿਰ ਵੀ ਤੁਸੀਂ ਹਮੇਸ਼ਾ ਬਹੁਤ ਚੰਗੀਆਂ ਗੱਲਾਂ ਦੱਸਦੇ ਹੋ ਇੱਕ ਤਾਂ ਪਰਿਵਾਰ ਛੋਟੇ ਹੋ ਗਏ ਹਨ ਇਸ ਕਰਕੇ ਛੋਟੇ ਪਰਿਵਾਰਾਂ ਤੇ ਹੋਰ ਫਾਰਮੂਲੇ ਲਾਗੂ ਹੋਣਗੇ ਵੱਡੇ ਪਰਿਵਾਰਾਂ ਤੇ ਹੋਰ ਫਾਰਮੂਲੇ ਲਾਗੂ ਹੁੰਦੇ ਹਨ ਪੈਰੈਂਟਸ ਜਿਹੜੇ ਹਨ ਉਹ ਇੱਕ ਦੋ ਬੱਚਿਆਂ ਕਰਕੇ ਡਰੇ ਹੋਏ ਆਂ ਹਾਂਜੀ ਉਹ ਉਹਨਾਂ ਨੂੰ ਜ਼ਿੰਮੇਵਾਰੀਆਂ ਹੀ ਨਹੀਂ ਪਾਉਂਦੇ ਹੈਗੇ ਮਾਂ ਜਿਹੜੇ ਹੈਗੇ ਆ ਉਹ ਧੀ ਨੂੰ ਕੁਝ ਸਿੱਖਣੇ ਨਹੀਂ ਦਿੰਦੀ ਹਾਂਜੀ ਸਾਰਾ ਕੁਝ ਆਪ ਹੀ ਕਰੀ ਜਾਂਦੀ ਹੈ ਹਾਂ ਪਿਤਾ ਜਿਹੜਾ ਹੈਗਾ ਉਸ ਦੇ ਜਨਮ ਦਿਨ ਤੇ ਉਹਨਾਂ ਨੂੰ ਉਹਨੂੰ ਵੱਡਾ ਮੋਟਰਸਾਈਕਲ ਲੈ ਦਿੰਦੇ ਆਂ ਉਹਦੇ ਅਗਲੇ ਜਨਮ ਦਿਨ ਤੇ ਉਹਨੂੰ ਕਾਰ ਲੈ ਦਿੰਦੇ ਆਂ ਕਹਿੰਦੇ ਪਾਵੇਗੇ ਕਿ ਉਹਨਾਂ ਨੂੰ ਕੁਝ ਸਿੱਖਣੇ ਨਹੀਂ ਦਿੰਦੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਹੀ ਨਹੀਂ ਕਰਨ ਦਿੰਦੇ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਗੇ ਤਾਂ ਉਹ ਸਿਆਣੇ ਨਹੀਂ ਹੋਣਗੇ ਇਵੇਂ ਇੱਕ ਲੜਕੇ ਨੇ ਆਪਣੀ ਮਾਂ ਨੂੰ ਫੋਨ ਕੀਤਾ ਮੰਮੀ ਮੈਂ ਸੀਮਾ ਨੂੰ ਇਹ ਕਿਹਾ ਸੀ ਤੇ ਸੀਮਾ ਨੇ ਮੈਨੂੰ ਇਹ ਜਵਾਬ ਦਿੱਤਾ ਹੁਣ ਮੈਂ ਉਹਨੂੰ ਕੀ ਕਹਾਂ ਹਾਂਜੀ ਮਤਲਬ ਕਿ ਪੁੱਤਰ ਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਹੈਗੀ ਹੈ ਉਹਨਾਂ ਨੂੰ ਆਜ਼ਾਦ ਬਣਾਓ ਉਹਨਾਂ ਨੂੰ ਇਨਸਾਨ ਬਣਾਓ ਮੈਂ ਤਾਂ ਇਹ ਕਹਿਣਾ ਹੁਣਾ ਉਹਨਾਂ ਨੂੰ ਵਿਸ਼ਵਾਕਰਕ ਬਣਾਓ ਉਹਨਾਂ ਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣ ਦਿਓ ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਉਹ ਚੰਗਾ ਪਤੀ ਸਾਬਤ ਹੋਏਗਾ ਚੰਗਾ ਪੁੱਤਰ ਸਾਬਤ ਹੋਏਗਾ ਚੰਗਾ ਪਿਤਾ ਸਾਬਤ ਹੋਏਗਾ ਉਹ ਹਰ ਪੱਖੋਂ ਚੰਗਾ ਸਾਬਤ ਹੋਏਗਾ ਉਹ ਹੈਗੇ ਐ ਹੋਜੇ ਬੰਦੇ ਜਿਹੜੇ ਚੰਗੇ ਪਿਤਾ ਹਨ ਚੰਗੇ ਪਤੀ ਹਨ ਇਹ ਇੱਕ ਬੜਾ ਵੱਡਾ ਵਰਦਾਨ ਹੈ ਤੇ ਇਹਨਾਂ ਲੋਕਾਂ ਦਾ ਹੀ ਯੋਗਦਾਨ ਹੁੰਦਾ ਸੋਸਾਇਟੀ ਦੇ ਵਿੱਚ ਔਰਤਾ ਹੋਣ ਭਾਵੇਂ ਪੁਰਸ਼ ਹੋਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਏਮ ਹੋਣਾ ਚਾਹੀਦਾ ਕੋਈ ਆਦਰਸ਼ ਹੋਣਾ ਚਾਹੀਦਾ ਉਦੇਸ਼ ਨਹੀਂ ਆਦਰਸ਼ ਉਦੇਸ਼ ਤਾਂ ਜਿਹੜਾ ਹੈ ਨਾ ਉਹ ਤਾਂ ਕਮਾਈ ਵਾਸਤੇ ਹੁੰਦਾ ਹੈ ਉਹ ਤਾਂ ਕੁਝ ਕੰਮ ਦੇ ਸਬੰਧ ਵਿੱਚ ਹੁੰਦਾ ਹੈ ਆਦਰਸ਼ ਜਿਹੜਾ ਹੁੰਦਾ ਉਹ ਜ਼ਿੰਦਗੀ ਜੀਉਣ ਦਾ ਇੱਕ ਢੰਗ ਹੁੰਦਾ ਹੈ ਜਿਹੜਾ ਅਸੀਂ ਅਪਣਾਉਣਾ ਚਾਹੁੰਦੇ ਹਾਂ ਜਿਹੜਾ ਅਸੀਂ ਘੁੰਮਣਾ ਫਿਰਨਾ ਬੜਾ ਜ਼ਰੂਰੀ ਹੈਗਾ ਸੋ ਇਸ ਢੰਗ ਦੇ ਨਾਲ ਪਤੀ ਪਤਨੀ ਦੋਹਾਂ ਨੂੰ ਜਿੱਥੇ ਵੀ ਉਹ ਜਾ ਸਕਣ ਉਹਨਾਂ ਨੂੰ ਇਕੱਠੇ ਜਾਣਾ ਚਾਹੀਦਾ ਹੈ ਮਿਸਾਲ ਦੇ ਤੌਰ ਤੇ ਆਜ਼ਾਦੀ ਦੀ ਗੱਲ ਦੱਸ ਸਕਦਾ ਮੈਂ ਤੇ ਮੇਰੀ ਪਤਨੀ ਜਦੋਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਆਂ ਕਿਸੇ ਰਿਸੈਪਸ਼ਨ ਤੇ ਜਾਂਦੇ ਆਂ ਉੱਥੇ ਜਾ ਕੇ ਅਸੀਂ ਕਹਿ ਦਿੰਦੇ ਆਂ ਵੀ ਹੁਣ 9 ਵਜੇ ਆ 10:30 ਵਜੇ ਆਪਾਂ ਵਾਪਸ ਜਾਵਾਂਗੇ ਹਾਂਜੀ 10:30 ਤੱਕ ਯੂ ਆਰ ਫਰੀ ਜਿੰਨੂੰ ਮਰਜ਼ੀ ਮਿਲੋ ਜਿੱਥੇ ਮਰਜ਼ੀ ਬੈਠੋ ਜਿਸ ਨਾਲ ਮਰਜ਼ੀ ਗੱਲ ਕਰੋ ਤੇ 10:30 ਤੱਕ ਅਸੀਂ ਆਜ਼ਾਦ ਹੈਗੇ ਹਾਂ ਉਸ ਦੇ ਨਾਲ ਕੀ ਹੁੰਦਾ ਕਿ ਕਦੇ ਵੀ ਦੇਖਣਾ ਕਿਸੇ ਵੀ ਸਮਾਗਮ ਤੇ ਇੰਪੋਰਟੈਂਟ ਬੰਦੇ ਬੈਠਦੇ ਨਹੀਂ ਹੁੰਦੇ ਜਿਹੜੇ ਬੈਠਦੇ ਆ ਉਹ ਇੰਪੋਰਟੈਂਟ ਨਹੀਂ ਹੁੰਦੇ। ਹਾਂ ਜੀ। ਘੁੰਮਾ ਫਿਰੋ, ਲੋਕਾਂ ਨੂੰ ਮਿਲੋ। ਜਿਹਨੂੰ ਅੱਜ ਮਿਲੋਂਗੇ, ਦੋ ਤਿੰਨ ਵਾਰੀ ਜਦੋਂ ਮਿਲੋਂਗੇ, ਉਹ ਤੁਹਾਡਾ ਜਾਣੂ ਤੋਂ ਤੁਹਾਡਾ ਦੋਸਤ ਬਣ ਜਾਏਗਾ। ਹਰ ਬੰਦੇ ਕੋਲ ਨਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈਗਾ। ਉਹ ਸਿੱਖ ਲਵੋ। ਉਹ ਉਸ ਦੇ ਵਿੱਚੋਂ ਬਹੁਤ ਕੁਝ ਅਪਣਾਉਣ ਨੂੰ ਮਿਲ ਜਾਂਦਾ। ਕਿਸੇ ਤੋਂ ਕੋਈ ਢੰਗ ਲੱਭ ਜਾਂਦਾ, ਕਿਸੇ ਤੋਂ ਕੋਈ ਨਵੀਂ ਗੱਲ ਪਤਾ ਲੱਗ ਜਾਂਦੀ ਹੈ, ਕਿਸੇ ਤੋਂ ਕੋਈ ਥਾਂ ਪਤਾ ਲੱਗ ਜਾਂਦੀ ਹੈਗੀ। ਸੋ ਇਸ ਢੰਗ ਦੇ ਨਾਲ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਓ। ਮਨ ਮਤ ਜੀ ਚੰਗੀ ਤਰ੍ਹਾਂ ਜੀਵੋ ਅਤੇ ਮਰਨ ਤੋਂ ਪਹਿਲਾਂ ਜੀ ਲਵੋ ਵੈਸੇ ਤਾਂ ਜਿਵੇਂ ਮੈਂ ਸ਼ੁਰੂ ਚ ਹੀ ਕਿਹਾ ਸੀ ਕਿ ਵਿਸ਼ਾ ਬਹੁਤ ਜ਼ਿਆਦਾ ਵੱਡਾ ਹੈ ਫਿਰ ਫਿਰ ਵੀ ਜਦੋਂ ਦੋ ਪਰਿਵਾਰ ਮਿਲਦੇ ਆ ਤਾਂ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਇਹੀ ਸਮਝਾਉਂਦੇ ਹੁੰਦੇ ਆ ਕਿ ਤੁਹਾਡਾ ਵਿਆਹ ਹੋਣ ਲੱਗਿਆ ਤਾਂ ਤੁਸੀਂ ਦੋਵਾਂ ਨੇ ਇੱਕ ਦੂਜੇ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਸਮਝਣਾ ਤੇ ਇੱਕ ਦੂਜੇ ਨਾਲ ਤਾਲਮੇਲ ਬਿਠਾ ਕੇ ਜ਼ਿੰਦਗੀ ਗੁਜ਼ਰਦੀ ਆ ਪਰ ਮੈਨੂੰ ਲੱਗਦਾ ਕਿ ਨਾਲ ਨਾਲ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਤਾਲਮੇਲ ਇਕੱਲਾ ਪਤੀ ਨੇ ਆਪਣੇ ਪਤੀ ਨਾਲ ਨਹੀਂ ਬਿਠਾਉਣਾ ਹੁੰਦਾ ਜਾਂ ਪਤੀ ਨੇ ਇਕੱਲੀ ਪਤਨੀ ਨਾਲ ਨਹੀਂ ਤਾਲਮੇਲ ਤੁਸੀਂ ਪੂਰੇ ਪਰਿਵਾਰ ਨਾਲ ਬਿਠਾਉਣਾ ਹੁੰਦਾ ਤੁਸੀਂ ਜਿੰਨੇ ਮਰਜ਼ੀ ਆਰਥਿਕ ਤੌਰ ਤੇ ਕਾਮਯਾਬ ਹੋਮੋ ਪਰ ਮਾਨਸਿਕ ਤੌਰ ਤੇ ਕਾਮਯਾਬ ਉਹਦੇ ਹੀ ਹੁੰਨੇ ਹੋ ਜਦੋਂ ਤੁਸੀਂ ਪਰਿਵਾਰਿਕ ਤੌਰ ਤੇ ਖੁਸ਼ਹਾਲ ਹੁੰਨੇ ਹੋ ਤੇ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਲੀ ਵਾਰ ਆਪਾਂ ਫਿਰ ਤੋਂ ਇੱਕ ਨਵੇਂ ਵਿਸ਼ੇ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ